ਬਾਹਰ ਰੋ ਰਿਹਾ ਉਹ ਪਰਿਵਾਰ ਹੈ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਨਾਬਾਲਿਗ ਪੁੱਤ ਦੀ ਲਾਸ਼ ਪਈ ਹੋਈ ਹੈ ਜਿਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇੱਕ ਕੁੜੀ ਨਾਲ ਪਿਆਰ ਕਰਨ ਦਾ ਖੌਫਨਾਕ ਹਸ਼ਰ ਹੋਇਆ ਹੈ ਇਸ ਮੁੰਡੇ ਦਾ, ਜਿਸ ਲਈ ਪਰਿਵਾਰ ਹੁਣ ਭੁੱਬਾ ਮਾਰ ਮਾਰ ਕੇ ਰੋ ਰਿਹਾ ਹੈ। ਦਰਅਸਲ ਇਹ ਨਾਬਾਲਿਗ ਲੜਕਾ ਪਿੰਡ ਦੀ ਇੱਕ ਨਾਬਾਲਿਗ ਲੜਕੀ ਦੇ ਨਾਲ ਪਿਆਰ ਕਰਦਾ ਸੀ, ਦੋਵਾਂ ਦੇ ਪ੍ਰੇਮ ਸੰਬੰਧ ਸਨ, ਪਰ ਕੁੜੀ ਵਾਲਿਆਂ ਨੂੰ ਇਹ ਸਭ ਮਨਜ਼ੂਰ ਨਹੀਂ ਸੀ ਤੇ ਉਹਨਾਂ ਨੇ ਵਿਰੋਧ ਵੀ ਕੀਤਾ। ਜਦੋਂ ਇਸ ਮੁੰਡੇ ਤੇ ਕੁੜੀ ਨੇ ਫੈਸਲਾ ਲਿਆ ਕਿ ਘਰੋਂ ਭੱਜ ਕੇ ਵਿਆਹ ਕਰਾਉਣਗੇ, ਇਕੱਠੇ ਰਹਿਣਗੇ, ਤਾਂ ਇਸ ਦੀ ਸੂਹ ਕੁੜੀ ਵਾਲਿਆਂ ਨੂੰ ਲੱਗ ਗਈ ਤਾਂ ਉਹਨਾਂ ਨੇ ਰਾਹ ਚ ਹੀ ਘੇਰ ਕੇ ਮੁੰਡੇ ਦੇ ਨਾਲ ਪਹਿਲਾਂ ਤਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜ਼ਮੀਨ ਤੇ ਉਹਦਾ ਨੱਕ ਰਗੜਿਆ, ਹੱਥ ਪੈਰ ਬੰਨ ਕੇ ਉਸਦੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਦੇ ਰਹੇ ਤੇ ਵੀਡੀਓ ਬਣਾਉਂਦੇ ਰਹੇ, ਜਿਸ ਤੋਂ ਬਾਅਦ ਮੁੰਡੇ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ ਅਤੇ ਉਸਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ, ਜਿੱਥੇ ਜੇਲ੍ਹ ਦੇ ਵਿੱਚ ਹੀ ਇਸ ਨਾਬਾਲਿਗ ਲੜਕੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਹੀ ਲੜਕੇ ਦਾ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਸੀ ਤੇ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਇਸ ਮੁੰਡੇ ਨੇ ਦਮ ਤੋੜ ਦਿੱਤਾ। ਇਹ ਮਾਮਲਾ ਅੰਮ੍ਰਿਤਸਰ ਦੇ ਪਿੰਡ ਚਮਿਆਰੀ ਦਾ ਹੈ, ਜਿੱਥੇ ਇੱਕ ਨਾਬਾਲਿਗ ਮੁੰਡੇ ਨੂੰ ਇੱਕ ਨਾਬਾਲਿਗ ਕੁੜੀ ਦੇ ਨਾਲ ਪਿਆਰ ਹੁੰਦਾ ਹੈ, ਦੋਵਾਂ ਦੇ ਪ੍ਰੇਮ ਸੰਬੰਧ ਸਨ, ਪਰ ਕੁੜੀ ਵਾਲਿਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਵੀਡੀਓ ਤੱਕ ਬਣਾਈ ਗਈ। ਮੁੰਡੇ ਨੂੰ ਇਸ ਕਦਰ ਕੁੱਟਿਆ ਗਿਆ ਤੇ ਫਿਰ ਉਸਦੀ ਸ਼ਿਕਾਇਤ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਜੇਲ੍ਹ ਦੇ ਵਿੱਚ ਉਹ ਜ਼ਖਮਾਂ ਦੀ ਤਾਬ ਨਾਲ ਤੜਫਣ ਲੱਗਾ, ਜਿਸ ਤੋਂ ਬਾਅਦ ਉਸਨੂੰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਹਸਪਤਾਲ ਭਰਤੀ ਕਰਵਾਇਆ ਗਿਆ। ਇਲਾਜ ਚੱਲ ਰਿਹਾ ਸੀ ਉਸਦਾ, ਪਰ ਇਲਾਜ ਦੌਰਾਨ ਹੀ ਉਸਨੇ ਦਮ ਤੋੜ ਦਿੱਤਾ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਇਨਸਾਫ ਦੀ ਮੰਗ ਕਰ ਰਹੇ ਨੇ। ਤੁਹਾਡਾ ਕਿਹੜਾ ਪਿੰਡ ਹੈ, ਕੀ ਹੈ ਸਾਰਾ ਮਾਮਲਾ? ਮੇਰਾ ਨਾਮ ਬਿਲਮ ਸੀ ਤੇ ਮੇਰੇ ਪਿੰਡ ਚਮਿਆਰੀ ਹੈ, ਤਹਿਸੀਲ ਜਨਾਲ, ਡਿਸਟ੍ਰਿਕਟ ਅੰਮ੍ਰਿਤਸਰ। ਤੇ ਸਾਡੇ ਬੇਟੇ ਨੂੰ ਨਾ ਇੱਥੋਂ 15-20 ਗੁੰਡੇ ਜਿਹੜੇ ਨਾ ਚੁੱਕ ਲਿਆਏ ਆ। ਪਹਿਲਾਂ ਤਾਂ ਉਹਨਾਂ ਦੀ ਬੇਟੀ ਜਿਹੜੀ ਆਪੇ ਉਹਦੇ ਨਾਲ ਗਈ ਆ, ਤੇ ਫਿਰ ਉਹਨਾਂ ਨੇ ਜਾ ਕੇ ਤੇ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋਲ ਗਏ ਸੀ, ਉਹਨਾਂ ਕੋਲ ਫੜ ਕੇ ਤੇ ਇਹਨਾਂ 15-20 ਗੁੰਡੇ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਵਾ, ਨਾਲੇ ਉਹਦੀਆਂ ਵੀਡੀਓ ਬਣਾਈਆਂ ਨੇ ਤੇ ਨੱਕ ਨਾਲ ਲਕੀਰਾਂ ਕਢਾਈਆਂ ਨੇ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤੇ ਉਹਨਾਂ 'ਤੇ। ਅਤੇ ਉਹਨਾਂ ਵਿੱਚੋਂ 5 ਦੀ ਸਾਨੂੰ ਪਛਾਣ ਹੈਗੀ ਆ, ਬਾਕੀ ਨੇ ਸਾਨੂੰ ਉਹਨਾਂ ਦੀ ਬਾਕੀਆਂ ਦੀ ਪਛਾਣ ਬਾਕੀਆਂ ਨੇ ਪਛਾਤੇ ਨੇ। ਅਤੇ ਪਹਿਲਾਂ ਪੁਲਿਸ ਇਹਨਾਂ ਨੇ ਕੁੱਟਿਆ ਵਾ ਘਰ ਵਾਲਿਆਂ ਨੇ, ਅਤੇ ਮੁੜ ਕੇ ਬਾਅਦ 'ਚ ਪੁਲਿਸ ਵਾਲੇ ਨੇ ਕੁੱਟਿਆ ਨੇ, ਪ੍ਰਸ਼ਾਸਨ ਨੇ ਕੁੱਟਿਆ ਵਾ, ਅਤੇ ਕੁੱਟ ਕੁੱਟ ਕੇ ਇੰਨਾ ਜ਼ਿਆਦਾ ਕੁੱਟਤਾ ਕਿ ਉਹ ਬੱਚੇ ਦੀ ਡੈਥ ਹੋ ਗਈ ਹੈ। ਬੱਚਾ ਜੇਲ੍ਹ 'ਚ ਹੀ, ਇਹਨਾਂ ਦੀ ਉਹਨਾਂ ਦੀ ਕੁੜੀ ਗਈ ਉਹਦੇ ਨਾਲ ਆਪ, ਅਤੇ ਉਹ ਬੈਗ ਬੂਗ ਲੈ ਕੇ ਆਈ, ਆਪ ਤਿਆਰ ਹੋ ਕੇ ਆਈ ਆ, ਅਤੇ ਫਿਰ ਵੀ ਉਹ ਇਹੋ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਰਹਿਣਾ ਵਾ, ਪਰ ਇਹਨਾਂ ਨੇ ਗੁੰਡੇ ਖੜ ਕੇ ਅਤੇ ਉਹ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਅਤੇ ਉਹਦੇ ਨਾਲ ਮੁੰਡੇ ਦੀ ਡੈਥ ਹੋ ਗਈ ਹੈ। ਹਾਂ, ਪੁਲਿਸ ਨੇ ਉਹਨਾਂ ਕੋਲ ਪੈਸੇ ਲੈ ਕੇ ਅਤੇ ਉਹਨਾਂ 'ਤੇ ਮੁੰਡੇ 'ਤੇ ਪਰਚਾ ਕਰ ਦਿੱਤਾ। ਹਾਂ, ਇਹਨਾਂ ਜੋ ਕੁੱਟਿਆ ਜਿਹੜਾ ਵਾ, ਉਹਨਾਂ ਨਾਲ ਸੱਟਾਂ ਨਹੀਂ ਇੰਨੀਆਂ ਜ਼ਿਆਦਾ ਕੁੱਟ ਦਿੱਤਾ ਕਿ ਉਹ ਬੱਚਾ ਨਹੀਂ ਝੱਲ ਸਕਿਆ। ਛੋਟਾ ਬੱਚਾ ਤਾਂ ਹੈਗਾ ਸੀ, ਉਹ ਸਿਆਣਾ ਹੈ ਨਹੀਂ, ਨਾਬਾਲਗ ਸੀ। ਜਦੋਂ ਅਸੀਂ ਮਿਲਣ ਗਏ ਆ ਤੇ ਉੱਥੇ ਹੋਸ਼ ਹੀ ਕੁਝ ਨਹੀਂ, ਤੇ ਨਾ ਉਹਨਾਂ ਨੇ ਕੁਝ ਇਲਾਜ ਕਰਾਇਆ, ਨਾ ਉਹਨਾਂ ਸਾਨੂੰ ਦੱਸਿਆ ਜੀ ਕਿ ਤੁਹਾਡਾ ਬੱਚਾ ਸਿਰਫ ਸ਼ਾਮੀ ਜਦੋਂ ਬਿਲਕੁਲ ਹੀ ਡੈਡ ਹੋ ਗਿਆ ਤੇ ਫਿਰ ਉਹਨਾਂ ਸਾਨੂੰ ਫੋਨ ਕੀਤਾ ਵਾ, ਤੇ ਉਸ ਤੋਂ ਬਾਅਦ ਅਸੀਂ ਗਏ ਆ ਤੇ ਅਸੀਂ ਹਾਲੇ ਰਸਤੇ 'ਚ ਹੀ ਜਾ ਰਹੇ ਹਾਂ, ਤਾਂ ਫਿਰ ਸਾਨੂੰ ਫੋਨ ਕਰਤਾ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਆ। ਪੁਲਿਸ ਅਧਿਕਾਰੀ ਕਿਹੜੇ ਸੀ ਉਸ ਸਮੇਂ? ਪੁਲਿਸ ਅਧਿਕਾਰੀ ਤਾਂ ਮੈਨੂੰ ਨਹੀਂ, ਸਾਨੂੰ ਵੜਨ ਨਹੀਂ ਦਿੱਤਾ, ਅਸੀਂ 2-3 ਵਾਰੀ ਗਏ ਹਾਂ, ਉਹ ਸਾਰਾ ਟੱਬਰ ਹੀ ਸਾਰਾ ਇਕੱਠੇ ਹੋ ਗਏ, ਡੰਡੇ ਲੈ ਕੇ ਤੇ ਉੱਥੇ ਬੈਠੇ ਰਹੇ ਚੌਂਕੀ 'ਚ, ਤਾਂ ਸਾਨੂੰ ਗਾਂਹ ਜਾਣ ਹੀ ਨਹੀਂ ਦਿੱਤਾ। ਅਸੀਂ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਹਾਂ ਕਿ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਏ ਤਾਂ 300 ਦਾ ਪਰਚਾ ਹੋਣਾ ਚਾਹੀਦਾ ਵਾ। ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਸਟੈਪ ਕੀ ਹੋਏਗਾ ਤੁਹਾਡਾ? ਅਸੀਂ ਫਿਰ ਜੋ ਵੀ ਸਾਡੇ ਕੋਲ ਚੌਂਕ 'ਚ ਬੰਦ ਕੀਤਾ ਜਾਏਗਾ, ਜਨਾਲਾ ਚੌਂਕ। ਤੁਹਾਡਾ ਕੀ ਲੱਗਦਾ? ਮੇਰਾ ਨਾਂ ਹੀਰਮ ਸੀ ਆ,
ਪਿੰਡ ਚਮਿਆਰੀ ਸਿਵਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਮੇਰਾ ਭਤੀਜਾ ਸੀ ਉਹ ਗੱਲ ਤਾਂ ਬਹੁਤ ਧੱਕਾ ਹੋਇਆ ਜੀ ਉਹਦੇ ਨਾਲ ਉਹਦਾ ਕਸੂਰ ਕੋਈ ਨਹੀਂ ਮੁੰਡੇ ਦਾ ਕੁੜੀ ਉਹਨੂੰ ਬਹੁਤ ਪਰੇਸ਼ਾਨ ਕਰਦੀ ਸੀ 8-10 ਦਿਨ ਹੋ ਗਏ ਫੋਨ ਕਰਕੇ ਅਤੇ ਉਹ ਕੁੜੀ ਨੇ ਉਹਨੂੰ ਲੈ ਕੇ ਚੱਲ ਗਈ ਪਰ ਉਹਦਾ ਉਹਨਾਂ ਹੁਣ ਕਸੂਰ ਨਹੀਂ ਗਿਣਿਆ ਕੁੜੀ ਦਾ ਉਹ ਲੈ ਕੇ ਅਤੇ ਉਹ ਚੱਲ ਗਈ ਪਰ ਇੱਥੇ ਉੱਥੇ ਫਿਰਦਾ ਰਿਹਾ ਕਿਸੇ ਰਿਸ਼ਤੇਦਾਰ ਕੋਲ ਚੱਲ ਗਏ ਉਹਨਾਂ ਨੇ ਮਗਰੋਂ ਪੁਲਿਸ ਨੂੰ ਨਹੀਂ ਕਿਹਾ ਜਾਂ ਪੁਲਿਸ ਵੀ ਉਹਦੇ ਨਾਲ ਰਲੀ ਪਤਾ ਨਹੀਂ ਉਹਨਾਂ ਨੂੰ ਕਹਿ ਕੇ ਉਹਨਾਂ ਪੁਲਿਸ ਨੂੰ ਨਹੀਂ ਫੜਾਇਆ ਆਪ ਹੀ ਚੱਲ ਗਏ ਅਤੇ ਪੁਲਿਸ ਵਾਲੇ ਵੀ ਨਾਲ ਰਲੇ ਨੇ ਉਹਨਾਂ ਦੇ ਉਹ ਆਪ ਹੀ ਚੱਲ ਗਏ ਉਹਨਾਂ ਰਾਜ ਕੁੜਕੁੜੀ ਉਹਨੂੰ ਮਾਰਤਾ ਵਾ ਮੁੜ ਕੇ ਪੁਲਿਸ ਨੂੰ ਦੇਤਾ ਪੁਲਿਸ ਨੇ ਵੀ ਮਾਰਿਆ ਅਤੇ ਉਹਦੀ ਬੰਦੇ ਡੈਥ ਹੋ ਗਈ ਮੁੰਡੇ ਦੀ ਹਾਂਜੀ ਲੁਧਿਆਣੇ ਖੜਿਆ ਸੀ ਇਹਨਾਂ ਨੇ ਹਾਂਜੀ ਇੱਥੋਂ ਪਰਚਾ ਕੱਟਿਆ ਸੀ ਉਹਨਾਂ ਨੇ ਮੁੜ ਉੱਤੇ ਹਾਂਜੀ ਅਤੇ ਕਸੂਰ ਕੁੜੀ ਦਾ ਵੀ ਜ਼ਿਆਦਾ ਸੀ ਪਰ ਉਹਨਾਂ ਮੁੰਡੇ ਨੂੰ ਵੀ ਅਤੇ ਪਰ ਉਹਨਾਂ ਨੂੰ ਚਾਹੀਦਾ ਸੀ ਜੇ ਪਰਚਾ ਹੀ ਜੇ ਕਰਾਉਣਾ ਸੀ ਤਾਂ ਫਿਰ ਉਹਨਾਂ ਪਹਿਲਾਂ ਆਪ ਬਹੁਤ ਕੁੱਟਿਆ ਦੀ ਵੀਡੀਓ ਵੀ ਉਹਨਾਂ ਬਣਾ ਕੇ ਅਤੇ ਸਾਰੇ ਲੋਕਾਂ ਨੂੰ ਪਾਈਆਂ ਨੇ ਡੈਥ ਲੁਧਿਆਣੇ ਹੋਈ ਹੈ ਹਾਂਜੀ ਅਸੀਂ ਤਾਂ ਪ੍ਰਸ਼ਾਸਨ ਕੋਲ ਇਹੋ ਮੰਗ ਕਰਨੇ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਵਾ।